ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ 2019 ਵਿੱਚ ਆ ਰਿਹਾ। ਸੰਸਾਰ ਭਰ ਦੇ ਪਿਆਰੇ ਗੁਰਸਿੱਖਾਂ ਨੇ ਨਾਨਕ ਨਾਮ ਨੇਵਾ ਨੇ ਮਨਾਉਣਾ ਹੈ। ਬੜੇ ਚਾਅ ਨੇ, ਬੜੇ ਉਮਾਹੋ ਨੇ ਸਾਰਿਆਂ ਦੇ ਹਿਰਦਿਆਂ ਵਿੱਚ। ਅਤੇ ਮੈਂ ਤੁਹਾਡਾ ਧਿਆਨ ਗੁਰੂ ਨਾਨਕ ਸਾਹਿਬ ਦੇ ਇੱਕ ਸਿਧਾਂਤ 'ਤੇ ਧਿਆਨ ਦਿਵਾਉਣਾ ਚਾਹੁੰਦਾ, ਜਿਹੜਾ ਕਿ ਉਹਨਾਂ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅੱਜ ਪਵਨ ਦੂਸ਼ਿਤ ਹੋ ਚੁੱਕੀ ਹੈ, ਅਸੀਂ ਰੁੱਖਾਂ ਦਾ ਘਾਣ ਕੀਤਾ, ਅਸੀਂ ਪਾਣੀ ਨੂੰ ਪ੍ਰਦੂਸ਼ਿਤ ਕੀਤਾ, ਅਤੇ ਅਸੀਂ ਅਵੇਸਲੇ ਹੋਏ ਹਾਂ, ਅਤੇ ਆਉਣ ਵਾਲੀ ਪਨੀਰੀ ਜਾਂ ਅਸੀਂ ਵੀ ਅੱਜ ਰੋਗੀ ਹਾਂ, ਸਾਹ ਲੈਣ ਕਾਰਨ ਵੀ, ਅਤੇ ਭਾਂਤ ਭਾਂਤ ਦੇ ਬੜੇ ਬੇਅੰਤ ਰੋਗ ਸਾਨੂੰ ਨਵੇਂ ਤੋਂ ਨਵੇਂ ਸਾਨੂੰ ਇਹ ਕੁਦਰਤ ਦੇ ਨਾਲ ਖਿਲਵਾੜ ਕਰਨ ਵਜੋਂ ਗਿਫਟ ਮਿਲੇ ਨੇ। ਅਤੇ ਮੈਂ ਬੇਨਤੀ, ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਅਸੀਂ ਸਾਵਧਾਨ ਹੋਈਏ, ਸੁਚੇਤ ਹੋਈਏ, ਅਤੇ ਰੁੱਖ ਲਾਈਏ ਵੱਧ ਤੋਂ ਵੱਧ, ਅਤੇ ਅਸੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਜਿਹੜਾ ਪ੍ਰਕਾਸ਼ ਪੁਰਬ ਮਨਾਉਣਾ, ਉਹ 550 ਰੁੱਖ ਗੁਰੂ ਦੇ ਨਾਮ ਸਲੋਗਨ ਹੇਠ ਮਨਾਉਣਾ। ਹਰ ਸ਼ਹਿਰ, ਹਰ ਨਗਰ, ਹਰ ਸੰਸਥਾ ਨੂੰ ਬੇਨਤੀ ਹੈ ਕਿ ਤੁਸੀਂ 550 ਰੁੱਖ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ 'ਤੇ ਲਾਓ, ਅਤੇ ਗੁਰੂ ਨਾਨਕ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰੋ। ਵੱਧ ਤੋਂ ਵੱਧ ਰੁੱਖ ਲਾ ਕੇ ਇਸ ਵਾਤਾਵਰਨ ਨੂੰ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਬਲਿਹਾਰੀ ਕੁਦਰਤ ਵਸਿਆ ਦਾ ਦਿੱਤਾ ਹੈ, ਅਤੇ ਕੁਦਰਤ ਵਿੱਚ ਵਸਿਆ, ਅਸੀਂ ਕੁਦਰਤ ਨੂੰ ਪ੍ਰਦੂਸ਼ਿਤ ਨਾ ਕਰੀਏ, ਵਧੀਆ ਤੋਂ ਵਧੀਆ ਸੁਨਹਿਰਾ ਬਣਾਈਏ ਰੁੱਖ ਲਾ ਕੇ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਈਕੋ ਸਿੱਖ ਦਾ ਇਹ ਉਪਰਾਲਾ ਹੈ, ਤੁਸੀਂ ਈਕੋ ਸਿੱਖ ਨਾਲ ਕੋਂਟੈਕਟ ਕਰਕੇ ਵੀ ਰੁੱਖ ਲਾ ਸਕਦੇ ਹੋ, ਅਤੇ ਈਕੋ ਸਿੱਖ ਦੇ ਨਾਂ ਤੋਂ ਪਰਾਂ ਹੋ ਕੇ ਵੀ ਤੁਸੀਂ ਲਾ ਸਕਦੇ ਹੋ। ਗੱਲ ਕੰਮ ਦੀ ਹੈ, ਗੱਲ ਨਾਮ ਦੀ ਨਹੀਂ। ਸਾਨੂੰ ਵਾਤਾਵਰਨ ਸ਼ੁੱਧ ਚਾਹੀਦਾ ਹੈ, ਭਾਵੇਂ ਕੋਈ ਵੀ ਸੰਸਥਾ ਇਸ ਕੰਮ ਨੂੰ ਕਰਕੇ ਜਿਹਦੇ ਹਿਰਦੇ ਨੂੰ ਚੋਟ ਵੱਜੇ ਵੀ ਮੈਂ ਇੱਦਾਂ ਦੀ ਸੇਵਾ ਕਰਨੀ ਹੈ, ਹਾਂ ਵਾਕਈ 'ਚ ਦਰਦ ਆਇਆ ਉਹਨੂੰ ਪੰਥ ਦਾ, ਅਤੇ ਉਹ ਇਹ ਸੇਵਾ ਕਰ ਸਕਦਾ। 550 ਰੁੱਖ ਗੁਰੂ ਦੇ ਨਾਮ ਆਪਾਂ ਰੁੱਖ ਲਾਵਾਂਗੇ, ਗੁਰੂ ਨਾਨਕ ਸਾਹਿਬ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ, ਗਲਤੀਆਂ ਦੇਖੀਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ।